ਜਲੰਧਰ ਦੇਹਾਤ ਪੁਲਿਸ ਨੇ ਚਿੱਟੀ ਪਿੰਡ ਵਿਖੇ ਹੋਏ ਇੱਕ ਕਤਲ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਬਜੀਤ ਦਈਆ ਨੇ ਦੱਸਿਆ ਕਿ ਮਿਤੀ 25 ਜੁਲਾਈ ਨੂੰ ਤੀਰਥ ਰਾਮ ਸਾਬਕਾ ਸਰਪੰਚ ਪੁੱਤਰ ਖੁਸ਼ੀ ਰਾਮ ਵਾਸੀ ਚਿੱਟੀ ਥਾਣਾ ਲਾਂਬੜਾ ਨੇ ਦੱਸਿਆ ਕਿ ਉਹ ਹਰ ਰੋਜ਼ ਦੀ ਤਰ੍ਹਾਂ ਸੈਰ ਕਰਨ ਲਈ ਲੱਲੀਆ ਖੁਰਦ ਵਾਲੀ ਸੜਕ ਤੋਂ ਆ ਰਿਹਾ ਸੀ ਤਾਂ ਝੋਨੇ ਦੇ ਖੇਤ ਸੜਕ ਕਿਨਾਰੇ ਕੱਚੀ ਜਗ੍ਹਾ 'ਤੇ ਇੱਕ ਨਾਮਾਲੂਮ ਵਿਅਕਤੀ ਦੀ ਕਿਸੇ ਨਾਮਾਲੂਮ ਵਿਅਕਤੀਆਂ ਵੱਲੋਂ ਕਤਲ ਕਰਕੇ ਲਾਸ਼ ਸੁੱਟੀ ਗਈ ਸੀ, ਜਿਸ 'ਤੇ ਪੁਲਿਸ ਨੇ ਤੀਰਥ ਰਾਮ ਦੇ ਬਿਆਨਾਂ 'ਤੇ ਮਾਮਲਾ ਦਰਜ ਕੀਤਾ ਸੀ। ਉਹਨਾਂ ਦੱਸਿਆ ਕਿ ਇਸ ਤੋਂ ਬਾਅਦ ਕਰਤਾਰਪੁਰ DSP ਅਤੇ ਮੁੱਖ ਅਫਸਰ ਥਾਣਾ ਲਾਂਬੜਾ ਨੇ ਜਾਂਚ ਦੌਰਾਨ ਮ੍ਰਿਤਕ ਵਿਅਕਤੀ ਦੀ ਮ੍ਰਿਤਕ ਦੇਹ ਕੋਲੋਂ ਮਿਲੇ ਸ਼ਰਾਬ ਦੇ ਅਧੀਏ ਦੇ ਫਿੰਗਰ ਪ੍ਰਿੰਟ ਲਏ ਅਤੇ ਨਜ਼ਦੀਕ ਲੱਗੇ CCTV ਕੈਮਰਿਆਂ ਦੀ ਮਦਦ ਨਾਲ ਮ੍ਰਿਤਕ ਵਿਅਕਤੀ ਦੇ ਵਾਰਸਾਂ ਨੂੰ ਲੱਭ ਕੇ ਸ਼ਨਾਖਤ ਕਰਵਾਈ ਗਈ, ਜਿਸ ਤੋਂ ਬਾਅਦ ਮ੍ਰਿਤਕ ਵਿਅਕਤੀ ਦੀ ਪਹਿਚਾਣ ਵਿਸ਼ਾਲ ਕੁਮਾਰ ਉਰਫ ਬੰਟੀ ਪੁੱਤਰ ਨਰਾਇਣ ਦਾ ਵਾਸੀ ਅਵਤਾਰ ਨਗਰ ਜਲੰਧਰ ਵਜੋਂ ਹੋਈ। ਪੁਲਿਸ ਅਧਿਕਾਰੀਆਂ ਮੁਤਾਬਕ ਪੁਲਿਸ ਵੱਲੋਂ ਕੀਤੀ ਜਾਂਚ ਦੌਰਾਨ ਪੁਲਿਸ ਨੇ ਇਸ ਕਤਲ ਦੇ ਮਾਮਲੇ ਵਿੱਚ ਦੋਸ਼ੀਆਂ ਮਨੋਜ ਵਰਮਾ ਪੁੱਤਰ ਜਗਦੀਸ਼ ਵਰਮਾ ਵਾਸੀ ਭਾਰਗੋ ਕੈਂਪ ਨੂੰ ਲਾਡੋਵਾਲੀ ਰੋਡ ਤੋਂ ਗ੍ਰਿਫਤਾਰ ਕੀਤਾ, ਜਦਕਿ ਇਸ ਦੇ ਸਾਥੀ ਸੋਨੂੰ ਪੁੱਤਰ ਰਮੇਸ਼ ਸਿੰਘ ਵਾਸੀ ਰਾਮਦਾਸ ਨਗਰ ਬਸਤੀ ਬਾਬਾ ਖੇਲ ਜਲੰਧਰ ਨੂੰ ਕਪੂਰਥਲਾ ਰੋਡ ਤੋਂ ਗ੍ਰਿਫਤਾਰ ਕੀਤਾ। ਉਹਨਾਂ ਦੱਸਿਆ ਕਿ ਪੁਲਿਸ ਨੇ ਇਹਨਾਂ ਦੋਸ਼ੀਆਂ ਪਾਸੋਂ ਵਾਰਦਾਤ ਦੌਰਾਨ ਵਰਤਿਆ ਸ਼ੁਰਾ ਅਤੇ ਇੱਕ ਅਲਟੋ ਕਾਰ ਵੀ ਬਰਾਮਦ ਕੀਤੀ ਹੈ। ਪੁਲਿਸ ਵੱਲੋਂ ਦੋਸ਼ੀਆਂ ਪਾਸੋਂ ਕੀਤੀ ਗਈ ਪੁੱਛਗਿੱਛ ਦੌਰਾਨ ਉਹਨਾਂ ਨੇ ਪੁਲਿਸ ਨੂੰ ਦੱਸਿਆ ਕਿ ਇਹ ਕਤਲ ਵਿਸ਼ਾਲ ਕੁਮਾਰ ਵੱਲੋਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਤੰਗ ਪਰੇਸ਼ਾਨ ਕਰਨ ਦੇ ਚੱਲਦਿਆਂ ਕੀਤਾ ਗਿਆ ਸੀ। ਉਹਨਾਂ ਦੱਸਿਆ ਕਿ ਫਿਲਹਾਲ ਪੁਲਿਸ ਵੱਲੋਂ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਸਾਡੀ ਥਾਣਾ ਲਾਂਬੜੇ ਜਲੰਧਰ ਦਿਹਾਤੀ ਵਿੱਚ ਇੱਕ ਬਲਾਈਂਡ ਮਰਡਰ ਹੋਇਆ ਸੀਗਾ 25 ਤਰੀਕ ਨੂੰ ਮਾਰਨਿੰਗ ਦੇ ਟਾਈਮ, ਜਿਹੜਾ ਕਿ ਅਨਆਈਡੈਂਟੀਫਾਈ ਸੀਗਾ ਔਰ ਉਹਨੂੰ ਅਸੀਂ ਅੱਜ ਟਰੇਸ ਕੀਤਾ। ਵਿਸ਼ਾਲ ਬੰਟੀ ਨਾਂ ਦਾ ਬਾਅਦ ਵਿੱਚ ਉਹ ਵੈਰੀਫਾਈ ਹੋਇਆ ਸੀਗਾ ਟੈਕਨੀਕਲ ਤਰੀਕੇ ਨਾਲ, ਅਸੀਂ ਜਦੋਂ ਉਹਦੀ ਫਿੰਗਰਸ ਲੈ ਕੇ ਉਹਨੂੰ ਕੀਤਾ ਅਤੇ ਉਹ ਵਿਸ਼ਾਲ ਬੰਟੀ ਨਾਂ 'ਤੇ ਤਸਦੀਕ ਹੋਇਆ ਸੀ ਮਰਨ ਵਾਲਾ ਇਹ ਨਾਂ ਹੈ। ਔਰ ਉਸ ਤੋਂ ਅਗਲੀ ਅਸੀਂ ਫਰਦਰ ਇਨਵੈਸਟੀਗੇਸ਼ਨ ਦੌਰਾਨ ਹੀ ਅਸੀਂ FIR ਨੰਬਰ 65 ਦਰਜ ਕੀਤੀ 302 ਦੇ ਵਿੱਚ, ਔਰ ਉਹਦੀ ਇਨਵੈਸਟੀਗੇਸ਼ਨ ਦੌਰਾਨ ਹੀ ਸਾਡੀਆਂ ਟੀਮਾਂ ਨੇ ਜਿਹੜੀ ਕਿ ਸੁਪਰਵੀਜ਼ਨ ਧੋਗੜੀ ਜੀ ਕਰ ਰਹੇ ਸੀ ਨਾਲ ਬਾਲੀ ਐਂਡ ਆਪਣਾ ਅਮਨ SHO ਲਾਂਬੜਾ, ਇਹਨਾਂ ਨੇ ਬਹੁਤ ਮਿਹਨਤ ਕੀਤੀ ਤਿੰਨ ਚਾਰ ਦਿਨ ਮਿਹਨਤ ਕਰਨ ਤੋਂ ਬਾਅਦ ਸਾਨੂੰ ਸਫਲਤਾ ਮਿਲੀ। ਸਾਡੇ ਜਿਹੜੀਆਂ CCTV ਵਿੱਚ ਕੁਝ ਫੋਟੋ ਸਸਪੈਕਟ ਮਿਲੀਆਂ ਸੀਗੀਆਂ, ਉਸ ਦੌਰਾਨ ਹੀ ਸਾਨੂੰ ਬੰਦੇ ਅਸੀਂ ਲੋਕਲ ਦਿਖਾਏ ਗਏ ਵੀ ਇਹ ਬੰਦੇ ਕੌਣ ਹੈ, ਤਾਂ ਪਤਾ ਲੱਗਾ ਸੀ ਵਿਸ਼ਾਲ ਨੂੰ ਮਾਰਨ ਲਈ ਜਿਹੜੇ ਕਿ ਸਸਪੈਕਟ ਸਾਨੂੰ ਲੱਭ ਰਹੇ ਉਹਦਾ ਨਾਂ ਇੱਕ ਦਾ ਨਾਂ ਮਨੋਜ ਹੈ ਅਤੇ ਸੈਕਿੰਡ ਦਾ ਨਾਂ ਸੋਨੂ, ਜਿਹੜੇ ਕਿ ਆਪਣੇ ਇੱਥੇ ਲਾਡੋਵਾਲੀ ਰੋਡ 'ਤੇ ਸ਼ੌਕਰਾਂ ਦੀ ਸ਼ੋਪ 'ਤੇ ਉੱਤੇ ਆਪਣੀ ਸ਼ੋਪ ਇਹਨਾਂ ਦੀ ਅਤੇ ਉੱਥੇ ਹੀ ਰਿਪੇਅਰ ਦਾ ਕੰਮ ਕਰਦੇ ਆ। ਇਹਨਾਂ ਨੂੰ ਅਸੀਂ ਸਵੇਰੇ ਅੱਜ ਰਾਊਂਡ ਅਪ ਕਰ ਲਿਆ ਔਰ ਇਹਨਾਂ ਦੀ ਜਿਹੜਾ ਵਰਤਿਆ ਹੋਇਆ ਵੈਪਨਸ ਉਹ ਰਿਕਵਰ ਹੋ ਗਿਆ, ਜਿਹੜੀ ਇਹਨਾਂ ਨੇ ਰਾਤ ਨੂੰ ਕਾਰ ਵਰਤੀ ਸੀ ਉਹ ਵੀ ਅਸੀਂ ਰਿਕਵਰ ਕਰ ਲਈ ਹੈ। ਫਰਦਰ ਇਨਵੈਸਟੀਗੇਸ਼ਨ ਸਾਡੀ ਚੱਲ ਰਹੀ ਹੈ। ਵਿਸ਼ਾਲ ਕੰਮ ਕੀ ਕਰਦਾ? ਵਿਸ਼ਾਲ ਸਾਰਾ ਹਫ਼ਤਾ ਵਿਹਲਾ ਹੁੰਦਾ ਸੀਗਾ, ਕੋਈ ਕੰਮ ਨਹੀਂ ਕਰਦਾ ਹੁੰਦਾ ਸੀ, ਪਰੰਤੂ ਐਤਵਾਰ ਨੂੰ ਜੋਤੀ ਚੌਂਕ ਜਿਹੜੀ ਫੜੀਆਂ ਲੱਗਦੀਆਂ ਉਹਦੇ ਬਾਹਰ ਵਾਜਾਂ ਮਾਰਨ ਦਾ ਕੰਮ ਕਰਦਾ ਹੁੰਦਾ ਸੀ, ਜਿਹੜੇ ਕਿ ਉਹ ਮੇਰਾ ਖਿਆਲ ਦਿਹਾੜੀ 'ਤੇ ਲੈਂਦੇ ਹਨ।